ਇਸ ਟ੍ਰੇਨ ਦਾ ਨਾਮ ਹੈ ਵੰਦੇ ਮੈਟਰੋ। ਤਾਂ ਹੁਣ ਤੱਕ ਅਸੀਂ ਵੰਦੇ ਭਾਰਤ ਦੇਖ ਚੁੱਕੇ ਹਾਂ, ਉਸਦਾ ਜ਼ਿਕਰ ਅਕਸਰ ਹੁੰਦਾ, ਪਰ ਬਹੁਤ ਜਲਦ ਇੱਕ ਨਵੀਂ ਇੰਟਰਸਿਟੀ ਟ੍ਰੇਨ ਮਿਲਣ ਜਾ ਰਹੀ ਹੈ ਔਰ ਇਹ ਟ੍ਰੇਨ ਜਿਹੜੀ ਹੈ ਅਤ ਆਧੁਨਿਕ ਸੁਵਿਧਾਵਾਂ ਦੇ ਨਾਲ ਜਿਹੜੀ ਹੈ ਲੈਸ ਹੋਏਗੀ। ਇਸ ਵੇਲੇ ਕੇਂਦਰੀ ਰੇਲ ਰਾਜ ਮੰਤਰੀ ਤੁਸੀਂ ਦੇਖ ਸਕਦੇ ਹੋ ਕਿ ਉਸ ਟ੍ਰੇਨ ਦਾ ਨਿਰੀਖਣ ਕਰਨ ਦੇ ਲਈ ਪਹੁੰਚੇ ਨੇ, ਤਮਾਮ ਜਿਹੜੇ ਸੀਨੀਅਰ ਅਧਿਕਾਰੀ ਰੇਲਵੇ ਦੇ ਉਹ ਨਾਲ ਨੇ। ਤਾਂ ਰਵਨੀਤ ਜੀ, ਸਭ ਤੋਂ ਪਹਿਲਾਂ ਤਾਂ ਇਸ ਟ੍ਰੇਨ ਬਾਰੇ ਕੀ ਕਹੋਗੇ, ਕਿਉਂਕਿ ਹੁਣ ਤੱਕ ਵੰਦੇ ਭਾਰਤ ਦਾ ਜ਼ਿਕਰ ਹੋ ਚੁੱਕਿਆ, ਵੰਦੇ ਮੈਟਰੋ ਕੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸਾਡੇ GM ਸਾਹਿਬ, ਸਾਡੇ ਰਵੀ ਜੀ, ਸਾਰੇ ਸੀਨੀਅਰ, ਕਿਉਂਕਿ ਪੰਜਾਬ ਦਾ ਮਾਣ ਆ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜੀ ਕਪੂਰਥਲਾ ਹੈ ਉਹ ਸਾਡਾ ਨਹੀਂ ਦੇਸ਼ ਦਾ ਵੀ ਮਾਣ ਆ। ਜਿੱਥੇ ਮਤਲਬ ਜਦੋਂ ਇਹ 85 'ਚ ਉਰੇ ਰੇਲ ਕੋਚ ਫੈਕਟਰੀ ਆਈ ਸੀ ਤਾਂ ਉਰੇ ਇੱਕ ਮੰਡ ਏਰੀਆ ਸੀ, ਬਿਲਕੁਲ ਖਾਲੀ ਰੇਤਲਾ ਇਲਾਕਾ ਸੀ, ਕੁਛ ਨਹੀਂ ਸੀ। ਜਦੋਂ ਇਹ ਰੇਲਵੇ ਨੇ ਸੋਚ ਰੱਖੀ, ਕਿੱਡੀ ਵੱਡੀ ਪੁਰਾਣੇ ਬੰਦਿਆਂ ਦੀ ਇਹ ਸੋਚ ਸੀ ਵੀ ਉਰੇ ਇਹ ਸ਼ੁਰੂ ਕੀਤਾ ਗਿਆ। ਅੱਜ ਸਭ ਤੋਂ ਵੱਡੀ ਗੱਲ, ਵੱਡੀ ਮਾਣ ਦੀ ਗੱਲ ਇਹ ਆ ਵੀ ਜਦੋਂ ਮੈਂ ਅੱਜ ਵਿਜ਼ਿਟ ਕਰਨ ਆਇਆ ਇੱਥੇ, ਇਕੱਲਾ ਇਹ ਨਹੀਂ, ਇੱਕ ਤਾਂ ਪਹਿਲੀ ਮੁਬਾਰਕਬਾਦ ਇਹ ਦੇਣੀ ਚਾਹੁੰਦਾ ਵੀ ਇਹਨਾਂ ਨੇ ਸਾਰਿਆਂ ਨੇ ਰਲ ਕੇ 45,000 ਅੱਜ ਤੱਕ ਜਿਹੜੇ ਨੇ ਵੱਖ ਵੱਖ ਕਿਸਮ ਦੇ ਕੋਚਿਸ, ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਡੱਬੇ ਕਹਿ ਲੈਂਦੇ ਹਾਂ, ਟ੍ਰੇਨ ਦੇ 45,000 ਤੋਂ ਉੱਤੇ ਆ ਜਿਹੜਾ ਉਹ 45,000 ਖੜਾ ਕੀਤਾ ਹੋਇਆ ਹੈ, ਇੱਕ ਸੈਲਫੀ ਪੁਆਇੰਟ ਬਣਾਇਆ। ਇਸ ਰੇਲ ਕੋਚ ਫੈਕਟਰੀ ਦਾ ਦੇਸ਼ ਦੇ ਵਿੱਚ ਬਹੁਤ ਵੱਡਾ ਅਹਿਮ ਯੋਗ ਵੱਡਾ। ਅਤੇ ਹੁਣ ਜਿੱਥੇ ਰਾਜਧਾਨੀ ਸ਼ਤਾਬਦੀ ਆਮ ਟ੍ਰੇਨਾਂ ਜਿਹੜੀਆਂ ਉਹ ਬਣਦੀਆਂ ਗਈਆਂ, ਉਦੋਂ ਬਾਅਦ ਵੰਦੇ ਭਾਰਤ ਦੀ ਗੱਲ ਕੀਤੀ, ਅੰਮ੍ਰਿਤ ਭਾਰਤ ਦੀ ਆਪਾਂ ਗੱਲ ਕੀਤੀ, ਅਤੇ ਇਹ ਮੈਟਰੋ ਇਸ ਵੇਲੇ ਜਿਹੜੀ ਆਪਾਂ ਇਸ ਵੇਲੇ ਜਿਹਨੂੰ ਇਹਨੂੰ ਦੇਖ ਰਹੇ ਹਾਂ, ਇਸ ਵੇਲੇ ਇਹ ਵੰਦੇ ਭਾਰਤ ਤੋਂ ਬਾਅਦ ਇਹ ਉਹਦੇ ਵਿੱਚ ਮੈਟਰੋ ਦੀ ਸ਼ਕਲ 'ਚ ਇਹ ਵੰਦੇ ਮੈਟਰੋ ਜਿਹੜੀ ਆ ਇਹ ਕਿੱਥੇ ਚੱਲੇਗੀ ਅਤੇ ਇਹਦਾ ਕਾਰਨ ਕੀ ਆ? ਕਿਉਂਕਿ ਜਿਹੜੇ ਸਵਰਬਨ ਆਪਾਂ ਜਾਂ ਮੈਟਰੋ ਸਿਟੀਜ਼ ਨੇ ਜਿਹੜੇ ਅੱਜ ਬਹੁਤ ਵੱਡੇ ਆ, ਉਹ 'ਚ ਜਿਵੇਂ ਆਪਾਂ ਲੁਧਿਆਣਾ ਵੀ ਲਾ ਸਕਦੇ ਹਾਂ, ਸਪੋਜ਼ ਕਰੋ ਆਪਾਂ ਅੰਬਾਲਾ ਲਾ ਸਕਦੇ ਹਾਂ, ਚੰਡੀਗੜ੍ਹ ਲਾ ਸਕਦੇ ਹਾਂ, ਜਾਂ ਜਿੰਨੇ ਵੀ ਵੱਡੇ ਸ਼ਹਿਰ ਨੇ, ਇਹ ਅਗਲੇ ਸਾਲ ਤੁਹਾਨੂੰ ਇਹ ਵੱਡੇ ਮੈਟਰੋ ਸਿਟੀ 'ਚ ਅਗਲੇ ਸਾਲ ਚੱਲਦੀ ਦਿਖੂਗੀ। ਜਿੱਥੇ ਟ੍ਰੈਫਿਕ ਬਹੁਤ ਜ਼ਿਆਦਾ ਤਾਂ ਲੋਕਾਂ ਦਾ ਜਿਹੜਾ ਸਮਾਂ ਹੈ ਉਹ ਬਚਾਏਗੀ। ਇਹਦੇ ਵਿੱਚ ਤਕਰੀਬਨ ਇਹਦੀ ਸਪੀਡ ਵੀ ਬਹੁਤ ਜ਼ਿਆਦਾ ਹੋਏਗੀ, ਹਜੇ ਪਹਿਲਾਂ ਤਾਂ ਅਸੀਂ 120 ਤੱਕ ਜਿਹੜੀ ਇਹਦੀ ਸਪੀਡ ਹੋਏਗੀ, ਉਦੋਂ ਬਾਅਦ ਇਹਦੀ ਇਹਦਾ ਹੈ ਵੀ ਸਪੀਡ ਹੋਰ 150 ਤੱਕ ਜਾਵੇ, ਕਿਉਂਕਿ ਅੱਜ ਲੋਕਾਂ ਨੂੰ ਸ਼ਹਿਰ ਦੇ ਵਿੱਚ ਕਾਰਾਂ 'ਚ ਗੱਡੀਆਂ 'ਚ ਵੈਸੇ ਆਉਣਾ ਬੜਾ ਔਖਾ। ਇਹ ਉਹ ਰੋਲ ਅਦਾ ਕਰੇਗੀ, ਇੱਕ ਡੱਬਾ ਜਿਹੜਾ ਇਹ ਚੀਜ਼ 'ਚ ਆਪਾਂ ਖੜੇ ਹਾਂ, ਆਪਾਂ ਇੱਧਰ ਨੂੰ ਚੱਲਦੇ ਹਾਂ, ਤਕਰੀਬਨ 300 ਦੇ ਉੱਤੇ ਜਿਹੜਾ ਇਹਦੇ ਵਿੱਚ ਕਪੈਸਿਟੀ ਆ ਜਿਹੜੀ ਉਹ ਇੱਕ ਡੱਬੇ ਦੀ ਆ। ਅੱਗੇ ਮੈਂ ਤੁਹਾਨੂੰ ਦਿਖਾਉਣਾ ਵੀ ਕਿਸ ਤਰੀਕੇ ਨਾਲ ਇਹਦੇ ਵਿੱਚ ਕੀ ਖਾਸੀਅਤਾਂ ਹੈ। ਇੱਕ ਤੁਸੀਂ ਦੇਖੋਗੇ ਵੀ ਇੱਕ ਜਿਹੜਾ ਕੋਈ ਵੀ ਟ੍ਰੇਨ ਹੁੰਦੀ ਆ ਉਹਨੂੰ ਮੂਹਰਿਓਂ ਇੰਜਨ ਇੱਕ ਉਹਨੂੰ ਖਿੱਚਦਾ ਹੈ, ਪਾਵਰ ਹੁੰਦੀ ਆ ਇਹਦੇ ਹਰ ਇੱਕ ਡੱਬੇ ਦੇ ਵਿੱਚ ਜਿਹੜਾ ਹੈ ਉਹ ਪਾਵਰ 50% ਜਨਰੇਟ ਕਰਨ ਦੀ ਉਹਦੀ ਤਾਕਤ ਆ। ਆ ਇਹਨੂੰ ਕਹਿੰਦੇ ਆ ਗੈਂਗਵੇ, ਆ ਜਿੱਥੇ ਆਪਾਂ ਖੜ੍ਹੇ ਹਾਂ ਜਿੱਥੇ ਦੋ ਡੱਬੇ ਜੁੜਦੇ ਨੇ ਆਪਸ ਵਿੱਚ, ਤੁਸੀਂ ਦੇਖਿਆ ਹੋਣਾ ਟ੍ਰੇਨ ਦਾ ਜਦੋਂ ਉਹਦਾ ਆਪਾਂ ਵਿੱਚ ਆਉਂਦੇ ਹਾਂ ਉੱਥੇ ਛੱਕ ਛੱਕ ਦੀ ਆਵਾਜ਼ ਜਾਂ ਬੜੀਆਂ ਤਰ੍ਹਾਂ ਦੀਆਂ ਆਵਾਜ਼ਾਂ ਬਾਹਰੋਂ ਆਉਂਦੀਆਂ ਏ ਅਤੇ ਅਨਕੰਫਰਟੇਬਲ ਫੀਲ ਹੁੰਦਾ, ਇਹਨੂੰ ਤੁਸੀਂ ਜ਼ਰੂਰ ਦਿਖਾਓ। ਇਹ ਇਸ ਤਰੀਕੇ ਦਾ ਇਹਨਾਂ ਨੇ ਤਿਆਰ ਕੀਤਾ, ਤੁਸੀਂ ਦੇਖੋਗੇ ਵੀ ਬਿਲਕੁਲ ਇਹਦੇ ਵਿੱਚ ਕੋਈ ਸੀਲਡ, ਇਹਦੇ ਵਿੱਚ ਇੱਕ ਰੱਤੀ ਪਰ ਕੋਈ ਹਵਾ ਨਹੀਂ ਬਾਹਰੋਂ, ਕੋਈ ਬਾਹਰੋਂ ਆਵਾਜ਼ ਨਹੀਂ, ਕੋਈ ਡਿਸਟਰਬੈਂਸ ਨਹੀਂ ਹੋਏਗੀ। ਇਸ ਤਰੀਕੇ ਨਾਲ ਇਹ ਤੁਸੀਂ ਸਮਝ ਗਏ ਨਾ, ਜਦੋਂ ਡੱਬਾ ਤੇ ਨਾਲ ਡੱਬਾ ਅਸੀਂ ਦੇਖਦੇ ਕਿ ਇੱਕ ਦੂਸਰੇ ਡੱਬੇ 'ਚ ਜਾਣਾ ਤਾਂ ਕਈ ਵਾਰ ਬੰਦਾ ਘਬਰਾਉਂਦਾ, ਕਿੰਨਾ ਕੰਫਰਟੇਬਲ ਆ ਵੀ ਇੱਕ ਦੂਜੇ ਨਾਲ
ਜਿਹੜਾ ਖੁੱਲ੍ਹਾ, ਅਤੇ ਇਸੇ ਤਰੀਕੇ ਨਾਲ ਜਿਵੇਂ ਇੰਡੀਅਨ ਸਟਾਈਲ ਇਹਨਾਂ ਦੇ ਬਾਥਰੂਮ ਨੇ, ਬਾਥਰੂਮ ਦੇਖੋ ਕਿੰਨੇ ਸ਼ਾਨਦਾਰ, ਤੁਸੀਂ ਜ਼ਰੂਰ ਦਿਖਾਓ ਦ੍ਰਿਸ਼ ਅੰਦਰੋਂ ਜਾ ਕੇ। ਬਿਲਕੁਲ, ਮੈਂ ਦਿਖਾਉਣਾ ਚਾਹੁੰਦਾ ਤਾਂ ਇਹ ਬਿਲਕੁਲ ਟ੍ਰੇਨ ਨਹੀਂ ਬਲਕਿ ਜਿਸ ਤਰ੍ਹਾਂ ਕੋਈ ਪਲੇਨ ਦੇ ਵਿੱਚ ਸਫ਼ਰ ਕਰਦਾ ਕੋਈ ਯਾਤਰੀ, ਤਾਂ ਉਸ ਤਰੀਕੇ ਦੀਆਂ ਜਿਹੜੀਆਂ ਸੁਵਿਧਾਵਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ LED ਜਿਹੜੀ ਯਾਤਰੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਏਗੀ, CCTV ਕੈਮਰਾਜ਼ ਇੰਸਟਾਲ ਨੇ, ਔਰ ਹਰ ਇੱਕ ਰੇਲਵੇ ਸਟੇਸ਼ਨ ਦੀ ਡਿਜੀਟਲੀ ਜਿਹੜੀ ਸਕਰੀਨ ਦੇ ਉੱਪਰ ਜਾਣਕਾਰੀ ਮਿਲੇਗੀ ਕਿ ਅੱਗੇ ਕਿਹੜਾ ਸਟੇਸ਼ਨ ਆਉਣਾ ਹੈ, ਤਾਂ ਅਸੀਂ ਮੰਤਰੀ ਸਾਹਿਬ ਤੋਂ ਜਾਣ ਉਹਦੇ ਵਿੱਚ ਜਾਣਕਾਰੀ ਤਾਂ ਇੱਕ ਇੱਕ ਮਿਲੇਗੀ ਅਲੱਗ ਅਲੱਗ। ਇਹ ਇਕੱਲਾ ਇਹ ਨਹੀਂ ਗਾ, GM ਸਾਹਿਬ ਹੁਣੀ ਸਾਰੇ ਅਸੀਂ ਇਸ ਗੱਲ ਨੂੰ ਦੇਖ ਰਹੇ ਸੀ ਵੀ ਇਹ ਜਿਹੜਾ ਲਿਖਿਆ ਹੋਊਗਾ ਇਹ ਤਾਂ ਅਲੱਗ ਅਲੱਗ ਭਾਸ਼ਾ 'ਚ ਆਊਗਾ ਹੀ ਆਊਗਾ, ਪਰ ਕਈ ਵਾਰ ਆਵਾਜ਼, ਕਈ ਵਾਰ ਧਿਆਨ ਨਹੀਂ ਹੁੰਦਾ ਵੀ ਕਿੱਥੇ ਆ ਗਿਆ ਕਿੱਥੇ ਨਹੀਂ, ਉਹ ਅਲੱਗ ਅਲੱਗ ਭਾਸ਼ਾ ਦੇ ਵਿੱਚ ਸਾਊਂਡ ਸਿਸਟਮ ਅਨਾਊਂਸਮੈਂਟ ਵੀ ਜਿਹੜੀ ਵਾਰ ਵਾਰ ਉਹ ਵੀ ਪਬਲਿਕ ਅਨਾਊਂਸਮੈਂਟ ਆ ਜਿਹੜੀ ਹਰ ਰੂਟ ਦੀ, ਕਿਉਂਕਿ ਇਹਨੇ ਚੱਲਣਾ ਜਿਵੇਂ ਮੈਂ ਤੁਹਾਨੂੰ ਕਿਹਾ ਸ਼ਹਿਰ ਦੇ ਵਿੱਚ ਚੱਲਣਾ, ਅਤੇ ਸਟੇਸ਼ਨ ਬੜੀ ਤੇਜ਼ੀ ਨਾਲ ਆਉਣਗੇ ਜਿਵੇਂ ਆਪਾਂ ਦਿੱਲੀ ਦੀ ਮੈਟਰੋ 'ਚ ਸਾਰਿਆਂ ਨੇ ਸਫ਼ਰ ਕੀਤਾ, ਤੁਸੀਂ ਦੇਖਿਆ ਵੀ ਇੱਕਦਮ ਤੇਜ਼ੀ ਨਾਲ ਉਹ ਚੱਲਦੀ ਹੈ ਅਤੇ ਤੇਜ਼ੀ ਨਾਲ ਸਟੇਸ਼ਨ ਆ ਕੇ ਉਹ ਚੀਜ਼ ਅਨਾਊਂਸਮੈਂਟ ਵੀ ਵਾਰ ਵਾਰ ਹੁੰਦੀ ਰਹੂ। ਅਤੇ ਆਹ ਇੱਥੇ ਤੁਸੀਂ ਦੇਖੋਗੇ, ਅਸੀਂ ਇਹ ਤੋਂ ਇਲਾਵਾ ਇਕੱਲਾ ਰੂਟ ਸਾਰਾ ਇੱਥੇ ਇਹਦਾ ਰੂਟ ਪਲੈਨਡ ਹੋਊਗਾ ਵੀ ਕਿੱਥੇ ਨੂੰ ਕਿਸ ਰੂਟ ਰਾਹੀਂ ਇਹ ਕਿਸ ਕਿਸ ਜਗ੍ਹਾ ਜਾ ਰਹੀ ਆ, ਬੜੀ ਹਰ ਚੀਜ਼ ਸ਼ਾਨਦਾਰ ਤਰੀਕੇ ਨਾਲ ਇਹਨੂੰ ਬਣਾਇਆ ਜਾ ਰਿਹਾ ਹੈ। ਇਸ ਤਰੀਕੇ ਨਾਲ AC ਦੇ ਪ੍ਰਬੰਧ ਨੇ, ਇਸ ਤਰੀਕੇ ਨਾਲ ਕਿਉਂਕਿ ਸਫ਼ਰ ਛੋਟਾ ਹੈ ਤੁਸੀਂ ਖੜ੍ਹਨ ਦਾ ਬਹੁਤ ਕੰਫਰਟੇਬਲੀ ਤੁਸੀਂ ਦੇਖੋਗੇ, ਅੱਜ ਜਦੋਂ ਏਅਰਪੋਰਟਸ 'ਤੇ ਜਾਂਦੇ ਹੋ ਉੱਥੇ ਉਹਨਾਂ ਦੀਆਂ ਬੱਸੇ ਫੈਰੀ ਕਰਦੀਆਂ ਹੈ ਅਤੇ ਆਪਾਂ ਉਹਨਾਂ ਹੀ CCTV ਕੈਮਰਾ ਵੀ ਆ। ਆਮ ਤੌਰ 'ਤੇ ਸਵਾਲ ਖੜ੍ਹੇ ਹੁੰਦੇ ਆ ਕਿ ਜਿਹੜੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ, ਤਾਂ ਇਹ ਕੈਮਰੇ ਵੀ ਉਹਦੇ 'ਚ ਅਹਿਮ ਭੂਮਿਕਾ। ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਆ, ਇਹ ਜਿਹੜੇ ਕੈਮਰਾਜ਼ ਨੇ ਇਕੱਲਾ ਇਹ ਕੈਮਰਾ ਤਾਂ ਇਹ ਡਰਾਈਵਰ ਜਿੱਥੇ ਆ ਉਹ ਦੇਖ ਹੀ ਰਿਹਾ, ਉਹ ਸਾਰਾ ਕੁਝ ਵਾਚ ਕਰ ਰਿਹਾ, ਬਟ ਤੁਸੀਂ, ਮੈਂ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਵੀ ਤੁਸੀਂ ਉਹ ਦੇਖੋ, ਉਹ ਬਟਨ ਪ੍ਰੈਸ ਕਰੋਗੇ, ਇਹਦੇ ਵਿੱਚ ਬਟਨਸ ਦਿੱਤੇ ਆ, ਆਹ ਲਿਖਿਆ ਏ, ਉਹ ਦੇਖੋ, ਇਹ ਬਿਲਕੁਲ ਇਹ ਬੜੀ ਇੱਕ ਅਸੀਂ ਕਹਿ ਸਕਦੇ ਕਿ ਨਵੀਂ ਇੱਕ ਪਹਿਲ ਕੀਤੀ ਗਈ ਹੈ। ਔਰ ਇਹਦੇ ਉੱਤੇ ਤੁਸੀਂ ਦੇਖੋ ਕਿ ਪੁਸ਼ ਟੂ ਟੋਕ, ਯਾਨੀ ਕਿ ਇਸ ਬਟਨ ਨੂੰ ਪ੍ਰੈਸ ਕਰਕੇ ਤੁਸੀਂ ਜੇਕਰ ਕੋਈ ਵੀ ਜਾਣਕਾਰੀ ਦਿਓਗੇ ਤਾਂ ਸਿੱਧਾ ਉਹ ਉਸ ਗੱਡੀ ਦੇ ਜਿਹੜੇ ਡਰਾਈਵਰ ਹੋਣਗੇ, ਪਾਇਲਟ ਹੋਣਗੇ, ਉਹਨਾਂ ਤੱਕ ਪਹੁੰਚੇਗੀ। ਤਾਂ ਤੁਸੀਂ ਦੇਖੋ ਕਿ ਡੈਮੋ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਵੀ ਇਹਨੂੰ ਅਗਰੀਨ ਆ ਗਿਆ, ਰੈਡੀ ਟੂ ਟੋਕ ਆਇਆ ਹੁਣ, ਸ਼ਾਇਦ ਡਰਾਈਵਰ ਸਾਹਿਬ ਆਪਕੋ ਆਵਾਜ਼ ਸੁਣ ਰਹੀ ਹੈ, ਆਪਕੋ ਬੋਲੀਏ, ਦੇਖੋ ਇਹ ਉੱਥੋਂ ਬੋਲ ਰਹੇ ਆ, ਹੁਣ ਬੋਲੋ, ਮੇਰੇ ਖਿਆਲ ਨਾਲ ਪੁੱਛ ਲਓ, ਉਹ ਆਵਾਜ਼ ਆ ਰਹੀ ਹੈ, ਉੱਥੋਂ ਆਵਾਜ਼ ਆ ਰਹੀ ਆ, ਤੇ ਆ ਰਹੀ ਹੈ, ਬੋਲੀਏ, ਆਪ ਬੋਲੀਏ, ਆਪਕੋ ਇਹ ਪਤਾ ਚੱਲ ਰਿਹਾ ਹੈ ਵੀ ਹਮ ਕੌਨ ਸੇ ਡਿੱਬੇ ਸੇ ਬੋਲ ਰਹੇ ਹੈ? ਓਕੇ, ਦੇਖੋ ਉਹਨਾਂ ਨੂੰ ਇਹ ਵੀ ਪਤਾ ਲੱਗ ਰਿਹਾ ਵੀ ਉਹ ਆਪਣੇ ਕੈਮਰੇ ਰਾਹੀਂ ਇਹ ਦੇਖ ਲੈਣਗੇ ਵੀ ਕਿਹੜੇ ਡਿੱਬੇ ਚੋਂ ਇਸ ਵੇਲੇ, ਦੇਖੋ ਕੋਚ ਵੀ ਉਹਨਾਂ, ਕਿਸੇ ਵੀ ਯਾਤਰੀ ਨੂੰ ਕੋਈ ਪਰੇਸ਼ਾਨੀ ਜਾਂ ਕਿਸੇ ਮਹਿਲਾ ਨੂੰ ਤਾਂ ਉਹ ਤੁਰੰਤ ਜਾਣਕਾਰੀ ਦੇ। ਦੇਖੋ ਹੁਣ ਉਹ ਡਰਾਈਵਰ ਉਹ ਦੱਸ ਰਹੇ ਨੇ, ਜਿਹੜੇ ਸਾਡੇ ਪਾਇਲਟ ਕੋਚ ਨੰਬਰ ਵੀ ਦੱਸ ਰਹੇ ਆ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਲੱਗ ਰਿਹਾ ਵੀ ਕਿਹੜੇ ਕੋਚ 'ਚ ਆ, ਤੇ ਉਹਨਾਂ ਨੇ ਦੱਸਿਆ ਵੀ ਕੋਚ ਨੰਬਰ, ਕੋਚ ਨੰਬਰ 3 ਕੋਚ ਬੋਲ ਰਹੇ, ਉਹਨੂੰ ਸਾਡਾ TC ਕੋਚ ਹੈ, ਟ੍ਰੇਲਰ ਕੋਚ ਹੈ ਸਰ, ਉੱਥੋਂ ਬੋਲ ਰਹੇ ਹੋ? ਥੈਂਕ ਯੂ ਸਰ, ਮੈਂ ਆਪਕੋ ਨਜ਼ਰ ਆ ਰਹਾ ਹੂੰ, ਆਪਕੋ ਤੁਹਾਨੂੰ ਦਿਖ ਰਹੇ ਆ ਖੜੇ ਕੈਮਰੇ ਰਾਹੀਂ, ਦਿਖਾਈ ਦੇ ਰਿਹਾ ਸਰ, ਆਪ ਇੱਕ ਸਮੇਂ ਦਿਖਾਈ ਦੇ ਰਹੇ ਆ ਤੁਹਾਨੂੰ, ਆਪਕਾ ਵਿਜ਼ੂਅਲ ਆ ਰਿਹਾ, ਦੇਖੋ
ਇੱਕ ਨਵੀਂ ਚੀਜ਼ ਜਿਹੜੀ ਭਾਰਤੀ ਜੇ ਤੁਹਾਨੂੰ ਤੁਸੀਂ ਲੱਗਦਾ ਵੀ ਕੈਮਰੇ 'ਚ ਨਹੀਂ ਕੋਈ ਤੁਸੀਂ ਗੱਲ ਵੀ ਨਹੀਂ ਇਹ ਤੁਹਾਡੇ ਕੋਲ ਕਈ ਵਾਰ ਇੰਨਾ ਟਾਈਮ ਨਹੀਂ ਹੋ ਸਕਦਾ ਵੀ ਤੁਸੀਂ ਇਹ ਦੱਬ ਕੇ ਇਹਦੇ ਨਾਲ ਬੋਲ ਕੇ ਦੱਸੋ ਕੋਈ ਗੱਲ ਉਸ ਕਰਕੇ ਤੁਸੀਂ ਇੱਕਦਮ ਜਿਹੜਾ ਹੈ ਉਹ ਅਲੱਗ ਬਟਨ ਉਹ ਰੈੱਡ ਬਟਨ ਆ ਪ੍ਰੈਸ ਕਰ ਦਿਓ ਤਾਂ ਇਹ ਇਸ ਬਟਨ ਦਾ ਕੀ ਫੰਕਸ਼ਨ ਵੀ ਇੱਕਦਮ ਉਹਨਾਂ ਨੂੰ ਪਤਾ ਲੱਗੂ ਵੀ ਅਲਾਰਮ ਕੋਈ ਵੱਜਿਆ ਹੈ ਪਰ ਉਹ ਇੰਨੀ ਇੱਕਦਮ ਉਹ ਕੈਮਰੇ 'ਚ ਇਸ ਕੋਚ ਦੇਖਣਗੇ ਕੈਮਰਾ ਅਲਾਈਨ ਹੋ ਜਾਏਗਾ ਇਸ ਡਾਇਰੈਕਸ਼ਨ 'ਤੇ ਜਿੱਥੋਂ ਬਟਨ ਦਬਿਆ ਅਤੇ ਉਹ ਪੈਸੇਂਜਰ ਨੂੰ ਦੇਖ ਸਕਦੇ ਹਾਂ ਕਿ ਪੈਸੇਂਜਰ ਨੂੰ ਪ੍ਰੋਬਲਮ ਕੀ ਹੈਗੀ ਹੈ ਅਤੇ ਗਾਰਡ ਅਲਰਟ ਉਹਨਾਂ ਕੋਲ ਅਲਰਟ ਚਲਾ ਜਾਏਗਾ ਅਤੇ ਗਾਰਡ ਉਸ ਹਿਸਾਬ ਨਾਲ ਉਹਦੇ 'ਤੇ ਕਰੈਕਟਿਵ ਐਕਸ਼ਨ ਲੈ ਸਕਦਾ ਹੈ ਕਿ ਮੈਂ ਗੱਡੀ ਰੋਕਣੀ ਹੈ ਕੋਈ ਐਮਰਜੈਂਸੀ ਹੈਗੀ ਅਤੇ ਕਿਸੇ ਨੂੰ ਬੁਲਾ ਸਕਦਾ ਹੈ ਅਸਿਸਟੈਂਸ ਵਾਸਤੇ ਅਤੇ ਉਹਨੂੰ ਹੈਲਪ ਫਟਾਫਟ ਦੇ ਸਕਦਾ ਹੈ ਇੱਕਦਮ ਉਹ ਆਪਣੇ ਕੈਮਰੇ ਰਾਹੀਂ ਦੇਖੂੰਗਾ ਵੀ ਇੱਥੋਂ ਅਲਾਰਮ ਦੱਬਿਆ ਗਿਆ ਕੀ ਪਤਾ ਕਈ ਵਾਰ ਇਹ ਨਹੀਂ ਜ਼ਰੂਰੀ ਕੋਈ ਦੁਰਘਟਨਾ ਹੀ ਆ ਕਈ ਵਾਰ ਐਸੀ ਆ ਕੋਈ ਪੈਸੇਂਜਰ ਦਾ ਸਮਾਨ ਰਹਿ ਗਿਆ ਕੋਈ ਬੱਚਾ ਬਾਹਰ ਰਹਿ ਗਿਆ ਅਤੇ ਟ੍ਰੇਨ ਚੱਲ ਪਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਰੀਕੇ ਨਾਲ ਉਹ ਗੱਲ ਇਕੱਲਾ ਇਹ ਨਹੀਂ ਵੀ ਉਸ ਕੋਈ ਦੁਰਘਟਨਾ ਲਈ ਪਰ ਕੋਈ ਐਮਰਜੈਂਸੀ ਲੋੜ ਪੈਂਦੀ ਆ ਉਹ ਬੋਲ ਕੇ ਵੀ ਦੱਸ ਸਕਦੇ ਜੇ ਉਹਨਾਂ ਕੋਲ ਇਹ ਵੀ ਟਾਈਮ ਨਹੀਂ ਗਾ ਬੋਲਣ ਦਾ ਵੀ ਤਾਂ ਉੱਥੋਂ ਜਦੋਂ ਦੱਬਣਗੇ ਤਾਂ ਕੈਮਰਾਜ ਆਪਣੇ ਵੱਲ ਰੋਟੇਟ ਉਹਦੇ ਵੱਲ ਹੋ ਜਾਣਗੇ ਉੱਥੋਂ ਜਿਹੜੇ ਪਾਇਲਟ ਅਤੇ ਜਿਹੜੇ ਸਾਡੇ ਪਿੱਛੇ ਗਾਰਡ ਨੇ ਉਹਨਾਂ ਕੋਲ ਕੰਟਰੋਲ ਆ ਉਹ ਦੇਖ ਲੈਣਗੇ ਟ੍ਰੇਨ ਸਰ ਕਪੂਰਥਲਾ ਦੇ ਵਿੱਚ ਹੀ ਤਿਆਰ ਕੀਤੀ ਇਹ ਬਿਲਕੁਲ ਆ ਤਾਂ ਤੁਹਾਡੇ ਮੂਹਰੇ ਆ ਸਾਰੀ ਅੱਜ ਜਿੱਥੇ ਇਹ ਬਣ ਕੇ ਖੜੀ ਆ ਨਾਲ ਹੀ ਅਸੀਂ ਅੰਮ੍ਰਿਤ ਭਾਰਤ ਜਿਹੜਾ ਇੱਕ ਆਮ ਬਹੁਤ ਬਿਲਕੁਲ ਜਿਹਦੇ ਵਿੱਚ ਏਸੀ ਤੋਂ ਬਗੈਰ ਅਸੀਂ ਕਹਿ ਰਹੇ ਹਾਂ ਉਹ ਸਲੀਪਰ ਵੀ ਅਤੇ ਆਪਣਾ ਆਮ ਜਿਹੜੀ ਖੜ੍ਹਨ ਲਈ ਵੀ ਟਿਕਟ ਲੈ ਕੇ ਤੁਸੀਂ ਜਿੰਨੇ ਟਿਕਟ ਲੈ ਲਿਆ ਉਹ 'ਚ ਇਹ ਨਹੀਂ ਹੁੰਦਾ ਵੀ ਸੀਟਾਂ ਕਿੰਨੀਆਂ ਹੈ ਜਿੰਨਾ ਵੀ ਤੁਸੀਂ ਉਹ 'ਚ ਖੜ੍ਹ ਕੇ ਜਾ ਸਕਦੇ ਹੋ ਬਹਿ ਕੇ ਜਾ ਸਕਦੇ ਹੋ ਆਮ ਆਦਮੀ ਦੀ ਟ੍ਰੇਨ ਆਮ ਆਦਮੀ ਦੀ ਉਹ ਟ੍ਰੇਨਾਂ ਹੈ ਜਿਹੜੀਆਂ 50 ਬਣਨੀਆਂ 50 ਅਸੀਂ ਅਗਲੇ ਕੁਛ ਮਹੀਨਿਆਂ 'ਚ ਉਹ ਚਲਾਉਣੀਆਂ ਉਹਦਾ ਡੱਬਾ ਬਣਨਾ ਅੱਜ ਉੱਥੇ ਪੂਜਾ ਹੋਈ ਆ ਅਤੇ ਅੰਮ੍ਰਿਤ ਭਾਰਤ ਦਾ ਜਿਹੜਾ ਹੈ ਉਹਦੀ ਵੀ ਸ਼ੁਰੂ ਅੱਜ ਕਪੂਰਥਲੇ ਹੋ ਚੁੱਕੀ ਆ ਅਤੇ ਇਹ ਜਿਹੜਾ ਵੰਦੇ ਮੈਟਰੋ ਆ ਜਿਹੜੀ ਉਹਦੀ ਆ ਬਣ ਕੇ ਪੂਰਾ ਤਿਆਰ ਆ ਅਤੇ ਇਹਨੂੰ ਹਜੇ ਕਿਉਂਕਿ ਬੜੀਆਂ ਅਲੱਗ ਅਲੱਗ ਦੌਰ 'ਤੇ ਉਹਦੀਆਂ ਚੈਕਿੰਗਸ ਨੇ ਅਲੱਗ ਦੌਰ 'ਤੇ ਇੰਸਪੈਕਸ਼ਨਸ ਹੁੰਦੀਆਂ ਹੈ ਉਹ ਕਰਨੀਆਂ ਜਿਹੜੀਆਂ ਸਾਰਿਆਂ ਨੇ ਸ਼ੁਰੂ ਕਰਤੀਆਂ ਹੈ ਅਤੇ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਸਾਡੇ ਸਾਰੇ ਕਪੂਰਥਲੇ ਦੀ ਟੀਮ ਨੂੰ ਜਿੰਨਾ ਇਹਨਾਂ ਨੇ ਵਧੀਆ ਕੰਮ ਕੀਤਾ ਮੇਰੇ ਮਨ 'ਚ ਸੀ ਇਹ ਵੀ ਆ ਕੇ ਦੇਖਣਾ ਅਤੇ ਇਹ ਦੋਨੋਂ ਜਿਹੜੀਆਂ ਇਹ ਚੀਜ਼ਾਂ ਇਹ ਤੁਹਾਨੂੰ ਆਉਣ ਵਾਲੇ ਅਗਲੇ ਸਾਲ ਆ ਜਿਹੜੀਆਂ ਤੁਹਾਨੂੰ ਟਰੈਕ 'ਤੇ ਇਹ ਦਿਖਣਗੀਆਂ ਇਹ ਸਹੂਲਤਾਂ ਨੇ ਇਹਦੇ ਵਿੱਚ ਕੋਈ ਇਹ ਮਹਿੰਗੀਆਂ ਸਹੂਲਤਾਂ ਨਹੀਂ ਗੀਆਂ ਇਹ ਆਮ ਰੋਜ਼ ਜਿਹੜਾ ਡੀਜ਼ਲ ਪੈਟਰੋਲ ਤੋਂ ਪੋਲਿਊਸ਼ਨ ਤੋਂ ਜਿਹੜਾ ਛੁਟਕਾਰਾ ਪਏਗਾ ਟਾਈਮ ਜਿਹੜਾ ਵਕਤ ਜਾਇਆ ਹੁੰਦਾ ਉਹ ਤੋਂ ਛੁਟਕਾਰਾ ਪਏਗਾ ਅਤੇ ਕਿਤੇ ਅੱਜ ਕੱਲ੍ਹ ਪਾਰਕਿੰਗ ਦਾ ਔਖਾ ਹੈ ਕਿੱਥੇ ਤੁਸੀਂ ਪਾਰਕਿੰਗਾਂ ਲੱਭੋ ਉੱਥੇ ਪੈਸਾ ਦਿਓ ਇਹ ਜਿਹੜੀਆਂ ਜਦੋਂ ਸ਼ਹਿਰਾਂ 'ਚ ਉੱਤਰ ਗਈਆਂ ਗੱਡੀਆਂ ਅਤੇ ਤੁਹਾਡਾ ਡੀਜ਼ਲ ਪੈਟਰੋਲ ਦਾ ਉਹ ਖਰਚਾ ਅੱਜ ਕੱਲ੍ਹ ਗੱਡੀਆਂ ਦਾ ਕਿੱਥੇ ਖੜੋ ਕਰੋ ਉਹਨਾਂ ਨੂੰ ਦੇਖੋ ਉਹ ਅਤੇ ਇਹ ਟਾਈਮ ਨਾਲ ਇਹ ਜਿਹੜੀਆਂ ਟ੍ਰੇਨਾਂ ਨੇ ਕਦੋਂ ਤੱਕ ਰੇਲ ਟਰੈਕ 'ਤੇ ਦੌੜ ਅਗਲੇ ਮੈਂ ਤੁਹਾਨੂੰ ਕਹਿ ਸਕਦਾ ਮਤਲਬ ਸਾਲ ਦੇ ਪਹਿਲੇ ਕੁਆਟਰ ਤੋਂ ਬਾਅਦ ਆ ਜਿਹੜੀ ਇਹਨਾਂ ਦੀ ਥੋੜ੍ਹੀ ਥੋੜ੍ਹੀ ਸ਼ੁਰੂਆਤ ਹੋ ਜੂਗੀ ਮਨੀਤ ਜੀ ਹੁਣੇ ਥੋੜ੍ਹੀ ਦੇਰ ਪਹਿਲਾਂ ਤੁਸੀਂ ਇੱਕ ਟ੍ਰੇਨ ਦੇ ਵਿੱਚ ਹੋਰ ਗਏ ਜਿਹੜੀ ਉਧਮਪੁਰ ਤੋਂ ਸ਼੍ਰੀਨਗਰ ਬਾਰਾਮੂਲਾ ਜਾਣੀ ਹੈ ਉਹ ਟ੍ਰੇਨ ਦੇ ਵਿੱਚ ਕੀ ਖਾਸੀਅਤ ਹੈ ਔਰ ਉਹ ਵੀ ਇੱਥੇ ਤਿਆਰ ਹੋ ਰਹੀ ਪੰਜਾਬ ਦੀ ਦੇਖੋ ਮੈਂ ਉਹਨਾਂ ਦੀ ਮੁਬਾਰਕਬਾਦ ਦਿੰਦਾ ਸਾਰੀ ਸਾਡੀ ਆਫਿਸਰ ਸਮਾਨ ਅੱਗੇ ਖੜ੍ਹੇ ਆ ਉਹ ਸਾਰੇ ਅੱਗੇ ਅਤੇ ਜਿਨ੍ਹਾਂ ਨੇ ਬਹੁਤ ਦੇਖੋ ਉਹ ਇੱਕ ਐਸਾ ਪ੍ਰੋਜੈਕਟ ਆ ਜਿਹੜਾ ਕਿ ਮੈਂ ਸਮਝਦਾ ਦੁਨੀਆ ਦੀ ਹਿਸਟਰੀ 'ਚ ਲਿਖਿਆ ਜਾਊਗਾ ਜਿਹੜਾ ਜੰਮੂ ਤੋਂ ਬਾਰਾਮੂਲਾ ਉਹ ਇੱਕ ਤਾਂ ਹਾਲਾਤ ਕਿਸ ਹਾਲਾਤਾਂ ਦੇ ਵਿੱਚ ਉਹ ਟਰੈਕ 'ਤੇ ਕੰਮ ਕੀਤਾ ਹੈ ਤੁਹਾਨੂੰ ਪਤਾ ਕਿੰਨਾ ਖਤਰਾ ਜੋਖਮ ਆ ਜਿਹੜਾ ਉਹ ਕਸ਼ਮੀਰ ਦੀ ਘਾਟੀ ਜੰਮੂ 'ਚ ਤੁਹਾਨੂੰ ਪਤਾ ਰਹਿੰਦਾ ਰੇਲਵੇ ਵਾਲਿਆਂ ਨੇ ਰਿਸਕ ਲੈ ਕੇ ਜ਼ਿੰਦਗੀ ਦਾ ਉਹ
ਇੰਜੀਨੀਅਰਾਂ ਨੇ, ਉਹ ਸਾਡੇ ਟੈਕਨੀਸ਼ੀਅਨਾਂ ਨੇ, ਉਹ ਸਾਡੇ ਮਜ਼ਦੂਰਾਂ ਨੇ ਉੱਥੇ ਕੰਮ ਕੀਤਾ। ਉਦੋਂ ਬਾਅਦ ਤੁਸੀਂ ਜ਼ਰੂਰ, ਤੁਹਾਨੂੰ ਲੈ ਕੇ ਚੱਲਾਂਗੇ ਜਦੋਂ ਉਹ ਸਿਰੇ ਤੱਕ ਸਾਡੇ ਪ੍ਰਧਾਨ ਮੰਤਰੀ ਜੀ ਕੁਛ ਚਿਰ 'ਚ ਉਹਦਾ ਉਦਘਾਟਨ ਕਰਨਗੇ। ਕਈ ਜਗ੍ਹਾ ਤਾਂ ਖੋਲ੍ਹਤਾ ਸੀ ਆਪਣੇ ਇਲੈਕਸ਼ਨਾਂ ਤੋਂ ਪਹਿਲਾਂ, ਪਰ ਅਸਲੀ ਇੱਕ ਟਨਲ ਵਿੱਚ ਰਹਿੰਦੀ ਸੀ ਜਿਹੜਾ ਕਿ ਤੁਹਾਨੂੰ ਪੂਰਾ ਬਾਰਾਮੁਲਾ ਤੱਕ ਜਾਣ ਨੂੰ, ਅਤੇ ਮੌਸਮ ਵੀ ਇੱਕ ਬਹੁਤ ਵੱਡੀ ਚੁਣੌਤੀ ਉਹਦੀ ਉਹ ਐਸੇ ਐਸੇ ਬ੍ਰਿਜ ਬਣੇ ਨੇ ਜਿਹੜੇ ਕਿ ਮਤਲਬ ਇੱਕ ਇੰਟਰਨੈਸ਼ਨਲ ਕੀ ਮੈਂ ਕਿਹਾ ਦੁਨੀਆ ਉਹਨੂੰ ਦੇਖਣ ਆਉਂਦੀ ਆ, ਆਊਗੀ ਵੀ ਯਾਰ ਇਹ ਐਸਾ ਇਹ ਨਮੂਨਾ ਦਾ ਜਿਹੜਾ ਉਹ ਬ੍ਰਿਜ ਨੇ ਜਿਹੜੇ ਬਣੇ ਆ। ਹਾਂ, ਹੁਣ ਉਦੋਂ ਬਾਅਦ ਤੁਸੀਂ ਕਿਹਾ ਵੀ ਉੱਥੇ ਟ੍ਰੇਨ 'ਚ ਪਾਣੀ ਦੀ ਲੋੜ ਆ, ਬਾਥਰੂਮ ਦੀ ਲੋੜ ਆ, ਬਿਜਲੀ ਦੀ ਲੋੜ ਆ, ਕਿੰਨਾ ਟੈਂਪਰੇਚਰ ਮਾਈਨਸ ਚਲੇ ਜਾਂਦਾ ਹੈ, ਅਤੇ ਫਿਰ ਕੀ ਕਰੋ ਆਮ ਸਧਾਰਨ ਟ੍ਰੇਨਾਂ 'ਚ। ਤਾਂ ਇਹਨਾਂ ਨੇ ਉਹ ਸਾਰਾ ਕੁਛ ਤਿਆਰ ਕਰਕੇ ਉਹਦੇ ਬਾਥਰੂਮ ਜਿਸ ਤਰੀਕੇ ਨਾਲ, ਇਸ ਤਰੀਕੇ ਨਾਲ ਉਹ 'ਚ ਹੀਟਿੰਗ ਇੰਤਜ਼ਾਮ ਕੀਤਾ ਹੈ, ਕਿਉਂਕਿ ਬਹੁਤ ਜਿਹੜਾ ਤਾਰਾਂ ਦਾ ਇੰਤਜ਼ਾਮ ਆ, ਹੋਰ ਚੀਜ਼ਾਂ ਹੈ, ਇੰਨੀ ਠੰਡ 'ਤੇ ਬਹੁਤ ਚੀਜ਼ਾਂ ਹੈ ਜਿਹੜੀਆਂ ਕੰਮ ਨਹੀਂ ਕਰਦੀਆਂ, ਅਤੇ ਉਹ ਹੀਟਿੰਗ ਉਹਦੀ ਕਿਸ ਤਰੀਕੇ ਨਾਲ ਬਾਥਰੂਮਾਂ 'ਚ ਰਹੇ, ਉਹ ਗੀਜ਼ਰ ਲਾਏ ਨੇ, ਕਿਸ ਤਰੀਕੇ ਨਾਲ ਪਾਣੀ ਜੇ ਗਰਮੀ ਆ ਤਾਂ ਠੰਡਾ ਹੈ, ਜੇ ਟੈਂਪਰੇਚਰ ਬਹੁਤ ਜ਼ਿਆਦਾ ਠੰਡ ਆ ਅਤੇ ਉਸ ਟੈਂਪਰੇਚਰ ਦੇ ਹਿਸਾਬ ਨਾਲ ਜਿਹੜਾ ਹੈ ਉਹ ਪਾਣੀ ਆ ਜਿਹੜਾ ਉਹਦੇ ਵਿੱਚ ਮੁਹੱਈਆ ਕਰਾਇਆ ਜਾਊਗਾ। ਇਹ ਚੀਜ਼ਾਂ ਹੈ ਉੱਥੇ। ਤੁਸੀਂ ਕਹਿ ਸਕਦੇ ਕਿ ਇੰਡੀਅਨ ਰੇਲਵੇ ਦੇ ਇਤਿਹਾਸ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਟ੍ਰੇਨ। ਉਹ ਟ੍ਰੇਨ ਦਾ ਦੇਖੋ ਸਟੀਲ ਦਾ ਕੰਮ ਹੁੰਦਾ, ਹੋਰ ਬੜੇ ਕੰਮ ਹੁੰਦੇ ਆ, ਕਿਉਂਕਿ ਟੈਂਪਰੇਚਰ ਉੱਥੇ ਹੋਰ ਤਰ੍ਹਾਂ ਦਾ ਹੈ। ਇੱਕਦਮ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਆ, ਅੰਦਰ ਉਨੀ ਠੰਡ ਨਾ ਲੱਗੇ, ਉਹਦਾ ਇੰਤਜ਼ਾਮ ਵੀ ਹੀਟਿੰਗ ਦਾ ਕੀਤਾ ਹੈ ਵੀ ਕਿਸੇ ਤਰੀਕੇ ਨਾਲ ਇਹ ਨਾ ਹੋਵੇ। ਉਹਦੀ ਲਾਈਫ ਲਾਈਨ ਆ ਜਿਵੇਂ ਤਕਰੀਬਨ 36 ਸਾਲ ਇੱਕ ਡੱਬੇ ਦੀ ਲਾਈਫ ਹੁੰਦੀ ਆ, ਜਾਂ ਉਹਨੂੰ ਦੇਖਣ ਲਈ, ਕਿਉਂਕਿ ਉਹ ਤੀਜੀ ਜਿਹੜਾ ਤੀਜਾ ਸਾਡਾ ਪੂਰਾ ਰੈਕ ਆ, ਪੂਰਾ ਸਾਡੀ ਟ੍ਰੇਨ ਆ, ਉਹ ਤੀਜੀ ਇੱਥੇ ਤਿਆਰ ਹੋ ਰਹੀ ਆ, ਦੋ ਤਿਆਰ ਕਰਕੇ ਭੇਜ ਚੁੱਕੇ ਆ, ਤੀਜੀ ਜਿਹੜੀ ਅੱਜ ਤੁਹਾਨੂੰ ਦਿਖਾਈ ਆ ਉਹ ਕੁਛ ਚਿਰ ਦੇ ਵਿੱਚ ਜਿਹੜੀ ਆ ਉਹ ਜਾ ਕੇ ਉੱਥੇ ਆਪਣੇ 'ਚ ਪਹੁੰਚ ਜਾਏਗੀ। ਅਤੇ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਉਦਘਾਟਨ ਕਰਨਗੇ ਤਾਂ ਤੁਸੀਂ ਦੇਖੋਗੇ ਜੰਮੂ ਤੋਂ ਬਾਰਾਮੁਲਾ ਤੱਕ ਸਿੱਧਾ ਇਹ 'ਚ ਸਫ਼ਰ ਕਰੋਗੇ, ਅਤੇ ਬਹੁਤ ਅਲੱਗ ਤਰੀਕੇ ਦੀਆਂ ਉਹ 'ਚ ਹੋਰ ਸਹੂਲਤਾਂ ਨੇ ਜਿਹੜੀਆਂ ਉਹ ਵੀ ਦਿੱਤੀਆਂ ਹੈ। ਬਿੱਟੂ ਜੀ, ਵਧਾਈ ਵਾਲੀ ਵੀ ਗੱਲ ਹੈ ਔਰ ਇੱਕ ਹੈਰਾਨੀ ਵਾਲੀ ਵੀ ਹੈ ਕਿ ਤੁਸੀਂ ਹੁਣ ਪੰਜਾਬ ਤੋਂ ਸੰਬੰਧ ਰੱਖਦੇ ਹੋ, ਮੰਤਰੀ ਬਣੇ, ਇੱਥੇ ਪਹੁੰਚੇ। ਮੇਰੇ ਖਿਆਲ ਨਾਲ 80% ਪੰਜਾਬੀਆਂ ਨੂੰ ਹੀ ਨਹੀਂ ਪਤਾ ਹੋਏਗਾ। ਮੁਲਾਜ਼ਮ ਖੜੇ ਆ ਸਾਰੇ, ਆ ਜ਼ਰੂਰ ਦਿਖਾਓ ਕਿਵੇਂ ਚਾਹ ਏ, ਖੁਸ਼ੀ ਆ ਸਾਡੇ ਸਾਰੇ ਹੀ, ਇਹ ਇੱਥੇ ਦੇ ਇੱਥੇ ਪੰਜਾਬ 'ਚ ਕੰਮ ਕਰਨ ਵਾਲੇ ਪਿੰਡਾਂ ਦੇ। ਪੁੱਛਣ ਜਾ ਰਿਹਾ ਸੀ ਕਿ ਅੱਧੇ ਪੰਜਾਬੀਆਂ ਨੂੰ ਹੀ ਨਹੀਂ ਪਤਾ ਹੋਊਗਾ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਵੱਡੀ ਰੇਲ ਕੋਚ ਫੈਕਟਰੀ ਆ ਜਿਹਦਾ ਇੱਕ ਵੱਡਾ ਯੋਗਦਾਨ ਹੈ ਦੇਸ਼ ਦੇ ਵਿੱਚ। ਹਾਂ, ਤੁਸੀਂ ਬਹੁਤ ਵੱਡੀ ਗੱਲ ਰਾਜੀਵ ਜੀ ਤੁਸੀਂ ਕੀਤੀ ਆ। ਮੇਰਾ ਸਭ ਤੋਂ ਵੱਡਾ ਮਕਸਦ ਇਹੀ ਆ ਆਉਣ ਦਾ ਕੰਮ, ਤਾਂ ਇਹ ਤੁਹਾਨੂੰ ਤੁਸੀਂ ਅੰਦਾਜ਼ਾ ਲਾਓ ਵੀ ਇਹ ਇੱਕ ਮਹੀਨੇ ਦੇ ਕਿੰਨੇ ਡੱਬੇ ਤਿਆਰ ਕਰ ਰਹੇ ਹੋਣਗੇ, ਅੰਦਾਜ਼ਾ ਲਾਓ 200। ਤੁਸੀਂ ਅੰਦਾਜ਼ਾ ਲਾਓ ਬਈ 200 ਆ ਕਪੂਰਥਲੇ ਦੀ RCF ਫੈਕਟਰੀ ਤੋਂ ਬਾਹਰ 200 ਡੱਬਾ ਜਿਹੜਾ ਟ੍ਰੇਨਾਂ ਟਰੈਕਾਂ 'ਤੇ ਦੇਖਦਾ ਉਹ ਇੱਥੋਂ ਬਣ ਕੇ ਨਿਕਲਦਾ ਹੈ। ਅਤੇ ਤੁਸੀਂ ਦੇਖੋ ਕਿੰਨਾ ਕਿੰਨੀ ਇਹ ਲੋਕ, ਜਦੋਂ ਇਹ 85 'ਚ ਬਣੀ ਸੀ ਉਦੋਂ ਦੇ ਲੋਕ ਹੁਣ ਰਿਟਾਇਰਮੈਂਟ ਦੇ ਨੇੜੇ ਆਏ ਹੋਏ ਆ ਸਾਰੀਆਂ ਜ਼ਿੰਦਗੀਆਂ। ਅਤੇ ਜੇ ਤੁਸੀਂ ਆ ਕੇ ਉਰੇ ਦੇਖੋ ਤੁਸੀਂ ਚੰਡੀਗੜ੍ਹ ਭੁੱਲ ਜਾਓਗੇ, ਤੁਸੀਂ ਹੋਰ ਸ਼ਹਿਰ ਭੁੱਲ ਜਾਓਗੇ ਜਿਸ ਤਰੀਕੇ ਨਾਲ ਇਹਨਾਂ ਨੇ ਸਾਰਾ ਆਪਣਾ ਹੀ ਵੱਖਰਾ ਸ਼ਹਿਰ ਵਸਾਇਆ। ਮੈਂ ਕਿਹਾ ਜੀ ਮੋਰ ਦੈਨ 4000 ਆਪਣੇ ਟੋਟਲ 6000 ਤੋਂ ਉੱਤੇ ਜਿਹੜੇ ਨੇ ਸਾਡੇ ਆਫਿਸਰ, ਸਾਡੇ ਮੁਲਾਜ਼ਮ ਸਾਰੇ ਇੱਥੇ ਕੰਮ ਕਰਦੇ ਆ। ਅਤੇ ਇਸ ਤਰੀਕੇ ਦਾ ਤੁਸੀਂ ਹੈਰਾਨ ਹੋਵੋਗੇ, 300 ਕਿੱਲੇ 'ਚ, 300 ਕਿੱਲੇ ਦੇ ਵਿੱਚ ਤਾਂ ਉਹਨਾਂ ਦੀਆਂ ਦੁਕਾਨਾਂ ਮਾਰਕੀਟ ਨੇ ਜਿਹੜਾ ਜਿੱਥੇ ਉਹ ਸ਼ੋਪਿੰਗ ਕਰਦੇ ਆ। ਉਦੋਂ ਬਾਅਦ ਹਰ ਤਰ੍ਹਾਂ ਦਾ ਖੇਡਣ ਲਈ ਉਹਨਾਂ ਦੇ ਸਟੇਡੀਅਮ, ਹਰ ਚੀਜ਼, ਸਵਿਮਿੰਗ ਪੂਲ ਤੋਂ ਲੈ ਕੇ ਗੋਲਫ ਕੋਰਸ ਕਿੱਥੇ ਆ ਜੀ, ਪਰ ਇੱਥੇ ਗੋਲਫ ਕੋਰਸ ਜਿਹੜਾ ਉਹ ਪ੍ਰਬੰਧ ਕੀਤਾ ਹੋਇਆ, ਉਹਦੀ ਦੇਖ ਰੇਖ। ਤੁਸੀਂ ਪਹਿਲ ਕੀਤੀ ਹੈ ਕਿ ਇੱਥੇ ਪਹੁੰਚੇ ਹੋ, ਪਹਿਲਾਂ ਮੈਂ ਜਿਸ ਤਰ੍ਹਾਂ ਫਿਰ ਉਹੀ ਦੁਹਰਾ ਰਿਹਾ ਸਵਾਲ ਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਵਿੱਚ ਇੰਨਾ। ਇੱਕ ਹੋਰ ਗੱਲ ਜ਼ਰੂਰ ਦੱਸਾਂ, ਇਹਦੇ ਨਾਲ
ਜਿਹੜਾ ਇਹ ਤਾਂ ਉਰੇ ਤਾਂ ਕੰਮ ਜਿਹੜਾ ਹੁੰਦਾ ਹੀ ਹੁੰਦਾ, ਜਿਹੜਾ ਦੇਸ਼ ਨੂੰ ਅਤੇ ਪੰਜਾਬ ਨੂੰ ਤੁਸੀਂ ਅੰਦਾਜ਼ਾ ਲਾਓਗੇ 4,000 ਕਰੋੜ ਦਾ, 4,000 ਕਰੋੜ ਦਾ ਈਅਰਲੀ ਜਿਹੜਾ ਇਹ ਅਲੱਗ ਅਲੱਗ ਮਟੀਰੀਅਲ ਜਿਹੜਾ ਇਹ ਪਰਚੇਜ਼ ਕੀਤਾ ਜਾਂਦਾ ਬਾਹਰੋਂ, ਸਾਡੀਆਂ ਛੋਟੀਆਂ ਛੋਟੀਆਂ ਫੈਕਟਰੀਆਂ ਏ, ਕਿਤੋਂ ਨਟ ਕੋਈ ਬੋਲਟ ਜਾਂ ਜਿਹੋ ਜਿਹੀਆਂ ਵੀ ਚੀਜ਼ਾਂ ਏ, ਯਾਨੀ ਕਿ ਰੈਵਨਿਊ ਜਨਰੇਟ ਕਰਨ ਦੇ ਵਿੱਚ 4,000 ਕਰੋੜ ਰੁਪਈਆ, ਜਿਹਦੇ ਵਿੱਚੋਂ ਤਕਰੀਬਨ 700 ਮਤਲਬ ਇਹੋ ਜਿਹੇ ਪੰਜਾਬ 'ਚ ਨੇ, ਅਤੇ 40% ਜਿਹੜਾ ਏ ਉਹ ਇਕੱਲੀ ਚੀਜ਼ ਜਿਹੜੀ ਖਰੀਦਦਾਰੀ ਆ ਤਕਰੀਬਨ 1200 ਕਰੋੜ ਰੁਪਏ ਦੀ, 1200 ਕਰੋੜ ਹੈ ਜੀ ਪੰਜਾਬ ਸੇ, 1200 ਕਰੋੜ ਰੁਪਏ ਯਹਾਂ ਸੇ ਖਰੀਦ ਜੋ ਹੈ ਅਕੇਲੇ ਪੰਜਾਬ ਸੇ। ਚਲੋ ਉਹ ਸਿਸਟਮ ਅਲੱਗ ਹੈ, ਇਹ ਨਹੀਂ ਗਾ, ਉਹ ਤਾਂ ਅਲੱਗ ਪ੍ਰੋਪਰ ਸਿਸਟਮ ਆ ਜਿਹਦੇ ਵਿੱਚ ਖਰੀਦ ਹੁੰਦੀ ਆ, ਪ੍ਰੋਪਰ ਟੈਂਡਰ ਪ੍ਰੋਸੈਸ, ਉਹ ਸਾਰਾ ਅਲੱਗ ਆ। ਬਟ ਵੈਸੇ ਮੈਂ ਊਂ ਦੱਸਣ ਲੱਗਿਆ ਸੀ, ਮੈਂ ਅੰਕੜੇ ਪੁੱਛ ਰਿਹਾ ਸੀ ਵੀ ਪੰਜਾਬ 'ਚੋਂ ਕਿਤੇ 1200 ਕਰੋੜ ਰੁਪਏ ਦੀ ਜਿਹੜੀ ਆ ਉਹ ਖਰੀਦਦਾਰੀ ਪਿਛਲੇ ਦਿਨਾਂ 'ਚ ਜਿਹੜੀ ਆ ਉਹ ਪੰਜਾਬ ਤੋਂ ਹੋਈ ਆ। ਉਹ ਤਾਂ ਪ੍ਰੋਪਰ ਇੱਕ ਸਿਸਟਮ ਦੇ ਵਿੱਚ ਆ, ਇਹ ਆਪਣੀ ਮਰਜ਼ੀ ਤਾਂ ਕੋਈ ਜਾਂ ਮੈਂ ਤੁਸੀਂ ਨਹੀਂ ਕਰ ਸਕਦੇ, ਪ੍ਰੋਪਰ ਇੱਕ ਪ੍ਰੋਸੈਸ ਆ। ਪਰ 4,000 ਕਰੋੜ ਦਾ ਜਿਹੜਾ ਬਾਹਰੋਂ ਤਕਰੀਬਨ ਆ ਜਿਹੜਾ ਉਹ ਇੱਥੇ ਮੋਰ ਦੈਨ 100 ਕੰਪਨੀਜ਼ ਨੇ ਜਿਨ੍ਹਾਂ ਦੇ ਵਿੱਚੋਂ ਇਹ ਖਰੀਦਦਾਰੀ ਕੀਤੀ ਜਾਂਦੀ ਆ। ਅਤੇ ਮੈਂ ਹੋਰ ਦੱਸਾਂ, ਇਹ ਅਸੀਂ ਪਾਇਨੀਅਰ, ਅਸੀਂ ਇਹਦੇ ਵਿੱਚ ਵਿਸ਼ੇਸ਼, ਮੈਂ ਤੁਹਾਨੂੰ ਦੱਸਦਾ, ਇਹ ਬੰਦੇ ਮੈਟਰੋ 'ਚ ਵੀ ਹੋਰਾਂ 'ਚ ਵੀ ਤੁਸੀਂ ਦੇਖੋਗੇ ਕਪੂਰਥਲਾ ਜਿਹੜਾ ਏ ਉਹ ਲੀਡ ਕਰੂਗਾ ਪਾਇਨੀਅਰ ਇਹਦੇ ਵਿੱਚ ਆਉਣ ਵਾਲੇ ਦਿਨਾਂ 'ਚ ਬਣੂ, ਕਿਉਂਕਿ ਪੰਜਾਬ ਨਾਲ ਸੰਬੰਧ ਰੱਖਦੇ ਹੋ, ਮੰਤਰੀ ਹੋ, ਜ਼ਿੰਮੇਵਾਰੀ ਵੀ ਵੱਡੀ ਹੈ, ਅਤੇ ਤੁਸੀਂ ਨਹੀਂ ਸਮਝਦੇ ਕਿ ਜਿਸ ਤਰੀਕੇ ਦੇ ਨਾਲ ਇੱਥੇ ਇਸ ਰੇਲ ਕੋਚ ਫੈਕਟਰੀ ਦੇ ਵਿੱਚ ਵੱਡਾ ਯੋਗਦਾਨ ਰੇਲਵੇ ਨੂੰ ਦਿੱਤਾ ਜਾ ਰਿਹਾ, ਪਰ ਪੰਜਾਬ ਦੇ ਲਈ ਵੀ ਇਸ ਨੂੰ ਕਿਤੇ ਨਾ ਕਿਤੇ ਇਸਤੇਮਾਲ ਕੀਤਾ ਜਾਵੇ, ਕਿਉਂਕਿ ਰੇਲ ਟਰੈਕ ਨੂੰ ਲੈ ਕੇ ਲੋਕ ਸਵਾਲ ਖੜੇ ਕਰਦੇ ਕਿ ਅੰਗਰੇਜ਼ਾਂ ਦੇ ਟਾਈਮ ਤੋਂ ਜਿਹੜੇ ਰੇਲ ਟਰੈਕ ਬਣੇ ਸੀ ਉਸ ਤੋਂ ਬਾਅਦ ਅੱਗੇ ਕੋਈ ਕੰਮ ਹੋਇਆ ਹੀ ਨਹੀਂ, ਪਰ ਇੱਥੇ ਆ ਕੇ ਬਿਲਕੁਲ ਵੱਖਰਾ। ਕਿੰਨੀ ਖੁਸ਼ੀ ਨਾਲ ਕੰਮ ਕਰ ਰਹੇ ਆ, ਅਤੇ ਮੈਂ ਇੱਕ ਗੱਲ ਮੈਂ ਉਹਦਾ ਜਵਾਬ ਦਿੰਦਾ, ਪਰ ਮੈਂ ਜਿੰਨੇ ਵੀ ਕੰਮ ਕਰਨ ਵਾਲੇ ਉਹਨਾਂ ਦੇ ਮੂੰਹ 'ਤੇ ਇੱਕ ਖੁਸ਼ੀ ਆ, ਉਹਦੇ ਰੌਣਕ ਆ, ਦੇ ਆਰ ਸੈਟਿਸਫਾਈਡ, ਉਹ ਖੁਸ਼ੀ ਖੁਸ਼ੀ ਨਾਲ, ਇੱਕ ਨਹੀਂ ਇੱਕ ਮਜਬੂਰੀ ਨਾਲ ਕੰਮ ਕਰਦਾ ਹੁੰਦਾ, ਇਹ ਇੱਕ ਇਹ ਜਿਉਂਦੇ ਆ, ਇਹਦਾ ਇਹਨਾਂ ਦਾ ਰੋਜ਼ ਜਿਹੜਾ ਇਹ ਮੈਂ ਸਮਝਦਾ ਇਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਇਹ ਆ, ਇਹ ਵੀ ਬਹੁਤ ਪਿਆਰ ਕਰਦੇ ਆ ਕੋਈ ਕਿਸੇ ਚੀਜ਼ 'ਚ, ਆਫਿਸਰ ਸਾਹਿਬਾਨ, GM ਸਾਹਿਬ, ਸਾਰੀ ਟੀਮ ਕੋਈ ਕਿਸੇ 'ਚ ਕਮੀ ਨਹੀਂ ਛੱਡਦੀ, ਪਰ ਇਹ ਵੀ ਆਪਣਾ 100% ਦਿੰਦੇ ਆ ਉਰੇ ਹਰ ਚੀਜ਼ ਨੂੰ। ਅਤੇ ਜਿਹੜੀ ਤੁਸੀਂ ਅੱਗੇ ਰੇਲ ਦੀ ਗੱਲ ਕੀਤੀ, ਟਰੈਕਸ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਮੈਂ ਇੱਕ ਗੱਲ ਕਹਾਂ, ਇਹ ਮੈਂ ਕਹਿਣੀ, ਜਿਹੜੇ ਥੱਲੇ ਛੋਟੇ ਲੈਵਲ ਦੇ ਸਾਡੇ ਆਫਿਸਰ ਸਾਹਿਬਾਨ ਨੇ ਉਹਨਾਂ ਨੇ ਬਹੁਤ ਸ਼ਰਾਰਤਾਂ ਕੀਤੀਆਂ, ਉਹਦੇ ਵਿੱਚ ਕੁਛ ਪੋਲੀਟੀਕਲ ਬੰਦੇ ਵੀ ਸਰਕਾਰਾਂ 'ਚ ਰਲੇ ਹੋ ਸਕਦੇ, ਮੈਂ ਨਹੀਂ ਇਹ ਕਹਿੰਦਾ ਵੀ ਨਹੀਂ, ਉਹਨਾਂ ਨੇ ਕਿਉਂ ਅੱਜ ਰੌਲਾ ਕਿਉਂ ਪੈ ਰਿਹਾ ਜ਼ਮੀਨਾਂ ਜਿਹੜੀਆਂ, ਆਖਿਰ ਟਰੈਕ ਬਣਾਉਣਾ ਸਾਨੂੰ ਜ਼ਮੀਨ ਐਕੁਆਇਰ ਕਰਨੀ ਪਊ, ਐਕੁਜ਼ੀਸ਼ਨ ਹੋਣੀ ਆ ਜ਼ਮੀਨ ਦੀ, ਪਰ ਜਦੋਂ ਮੈਂ ਦੇਖਦਾ ਵੀ ਇਹਦੇ ਕਾਰਨ ਪਿੱਛੇ ਕੀ ਆ, ਨੈਸ਼ਨਲ ਹਾਈਵੇ ਪ੍ਰੋਜੈਕਟ ਕਿਉਂ ਰੁਕਿਆ, ਇਕੱਲਾ ਕਿਸਾਨਾਂ ਨੂੰ ਕਹਿ ਦਿੰਦੇ ਹਾਂ ਆਪਾਂ ਕਿਸਾਨ ਝੰਡਾ ਲੈ ਕੇ ਆ ਗਏ ਜੀ, ਕਿਸਾਨ ਕਰਨ ਕੀ, ਇੱਕ ਜਗ੍ਹਾ ਇੱਕ ਪਿਛਲਾ ਕੀ ਜਿਹੜਾ ਕੀਲਾ ਦੂਜੇ ਦਾ ਉਹਦਾ ਰੇਟਾਂ ਦਾ ਬਹੁਤ ਜ਼ਿਆਦਾ, 1 ਕਰੋੜ ਰੁਪਈਆ ਰੇਟ ਲਾਇਆ ਹੋਇਆ, ਇਹ ਆਪਣੀ ਸਰਕਾਰ, ਕਿਉਂਕਿ ਪੈਸਾ ਦੇਣਾ ਸੈਂਟਰ ਨੇ, ਚਾਹੇ ਉਹ ਰੇਲਵੇ ਦਾ ਹੋਵੇ, ਚਾਹੇ ਨੈਸ਼ਨਲ ਹਾਈਵੇ ਦਾ ਹੋਵੇ, ਚਾਹੇ ਹੋਰ, ਪਰ ਇਹਨਾਂ ਨੂੰ ਕੀ, ਮੈਨੂੰ ਦੱਸੋ ਵੀ ਕੀ ਪ੍ਰੋਬਲਮ ਆ, ਵੀ ਇਹ ਜਿਹੜਾ ਪੈਸਾ ਇਹ ਵੱਧ ਘੱਟ ਕਰਦੇ ਆ, ਵੀ ਮੇਰਾ ਰੇਟ 1 ਕਰੋੜ ਰੁਪਈਆ ਲਾਤਾ, ਤੁਹਾਡਾ ਲਾਤਾ 25 ਲੱਖ, ਫਿਰ ਅਗਲਾ ਦੇਖਦਾ ਵੀ ਉਹਨੂੰ 1 ਕਰੋੜ ਮਿਲ ਗਿਆ, ਮੈਨੂੰ 25 ਕਿਉਂ ਜੀ, ਜਿੱਥੋਂ ਰੌਲਾ ਪੈਂਦਾ। ਮੈਂ ਤਾਂ ਇਹ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਕਹੂੰਗਾ ਵੀ ਹਰ ਜ਼ਿਲ੍ਹੇ ਦਾ ਰੇਟ ਉਹਨਾਂ ਨੂੰ ਚੰਗੀ ਤਰ੍ਹਾਂ ਫਿਕਸ ਕਰ ਦੇਣਾ ਚਾਹੀਦਾ, ਕਈ ਸੂਬਿਆਂ 'ਚ ਹੈਗਾ ਏ, ਪੱਕਾ ਰੇਟ ਫਿਕਸ ਕਰਨ ਜਿਹਨਾਂ ਕਿਸਾਨ ਨੂੰ ਫਾਇਦਾ ਹੋਵੇ, ਜਿਹੜਾ ਕੋਈ ਅਫਸਰ ਆਪਣੀ ਮਨਮਰਜ਼ੀ ਨਾਲ ਇਹ ਏਰੀਆ ਜੀ ਇੱਥੇ 1 ਕਰੋੜ ਰੁਪਏ ਦਾ ਰੇਟ ਆ, ਅੱਗੇ 25 ਲੱਖ ਦਾ ਰੇਟ ਆ, ਇਹ ਉਹਦੀ ਤਾਂ ਜ਼ਮੀਨ ਜਾਣੀ ਆ,
ਇਸ ਕਰਕੇ ਇਹ ਵੀ ਮੈਂ ਤੁਹਾਡੇ ਮੂਹਰੇ ਇਹ ਗੱਲ ਬੇਨਤੀ ਕਰੂੰਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਅੱਗੇ ਕੋਈ ਵੀ ਪ੍ਰੋਜੈਕਟ ਲਿਆਉਣਾ ਚਾਹੁੰਦੇ ਨੇ ਕੋਈ ਵੀ ਉਰੇ ਟਰੈਕ ਜਿਵੇਂ ਤੁਸੀਂ ਕਿਹਾ ਬਹੁਤ ਜਗ੍ਹਾ ਲਿੰਕ ਜੋੜਨ ਦੀ ਲੋੜ ਆ ਬਾਰਡਰ ਸਟੇਟ ਆ ਹਾਈਵੇ ਚਾਹੀਦੇ ਉਹਦੇ ਲਈ ਰੇਟ ਜਿਹੜਾ ਹੈ ਜ਼ਮੀਨ ਦਾ ਉਹ ਫਿਕਸ ਕਰਨ ਸੈਂਟਰ ਗੌਰਮੈਂਟ ਹਰ ਰੇਟ ਜੋ ਪੰਜਾਬ ਸਰਕਾਰ ਕਹੇਗੀ ਫਿਕਸ ਕਰੇਗੀ ਉਹ ਰੇਟ ਦੇਣ ਨੂੰ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ 100% ਅਸੀਂ ਉਹ ਰੇਟ ਆ ਉਹ ਦਵਾਂਗੇ ਭਾਵੇਂ ਕਿਸੇ ਦੀ ਵੀ ਆ ਉਹਦੇ ਕਰਕੇ ਹਜ਼ਾਰਾਂ ਕਰੋੜਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਰੱਦ ਹੋਣ ਦੇ ਕਗਾਰ 'ਤੇ ਆ ਕਿਉਂਕਿ ਨਿਤਿਨ ਗਡਕਰੀ ਜੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਜੇਕਰ ਨਹੀਂ ਜ਼ਮੀਨਾਂ ਅਕੁਆਇਰ ਹੁੰਦੀਆਂ ਤਾਂ ਅਸੀਂ ਇਹਨੂੰ ਬੰਦ ਕਰ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਵਾਉਣਾ ਉਹ ਦਿੱਕਤਾਂ ਆਈਆਂ ਪਰ ਮੈਂ ਤੁਹਾਨੂੰ ਭਰੋਸਾ ਦਵਾਉਣਾ ਕੁਛ ਵੀ ਕਰੀਏ ਇੱਕ ਵੀ ਪ੍ਰੋਜੈਕਟ ਕੋਈ ਰੱਦ ਨਹੀਂ ਹੋਣ ਦਿੰਦੇ ਜਿਵੇਂ ਮਰਜ਼ੀ ਹੋਵੇ ਸਿਰੇ ਲਾਈਏ ਚਾਹੇ ਪੰਜਾਬ ਸਰਕਾਰ ਨਾਲ ਗੱਲ ਹੋਈ ਚੀਫ ਸੈਕਟਰੀ ਅਤੇ ਡੀ ਜੀ ਸਾਹਿਬ ਆਪਣੇ ਆਪ ਉਹ ਲੱਗੇ ਬਹੁਤ ਕੰਮ ਸਿਰੇ ਚੜ੍ਹਿਆ ਪਰ ਪ੍ਰੋਬਲਮ ਇੱਕੋ ਆ ਰੇਟ ਦੇਣਗੇ ਕੋਈ ਦਿੱਕਤ ਨਹੀਂ ਆਊਗੀ ਕੋਈ ਇਸ਼ੂ ਨਹੀਂ ਆਊਗਾ ਪਰ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਸੈਂਟਰ ਗੌਰਮੈਂਟ ਵੱਲੋਂ ਕੋਈ ਪ੍ਰੋਜੈਕਟ ਵੀ ਛੱਡਿਆ ਨਹੀਂ ਜਾਊਗਾ ਠੀਕ ਆ ਕਈ ਵਾਰ ਕਿਸੇ ਗੱਲ ਦਾ ਦਬਕਾ ਵੀ ਮਾਰਨਾ ਪੈਂਦਾ ਜੇ ਅੱਗੇ ਕੰਮ ਵਧਾਉਣਾ ਹੈ ਜੇ ਛੱਡਣਾ ਹੈ ਕਈ ਵਾਰ ਉਦੋਂ ਉਹ ਤੋਂ ਬਗੈਰ ਕੰਮ ਚੱਲਦਾ ਨਹੀਂ ਗਾ ਪਰ ਕੋਈ ਪ੍ਰੋਜੈਕਟ ਵੀ ਜਿਹੜਾ ਪੰਜਾਬ ਦਾ ਉਹ ਵਾਪਸ ਨਹੀਂ ਜਾਊਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਧੰਨਵਾਦ ਤਾਂ ਇਹਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਅੱਜ ਸਪੈਸ਼ਲ ਤੌਰ 'ਤੇ ਜੋ ਕਪੂਰਥਲਾ ਦੇ ਵਿੱਚ ਰੇਲ ਕੋਚ ਫੈਕਟਰੀ ਹੈ ਉੱਥੇ ਪਹੁੰਚੇ ਨੇ ਇੱਥੇ ਤਮਾਮ ਜਿਹੜੇ ਸੀਨੀਅਰ ਆਫਿਸਰ ਨੇ ਜਾਂ ਹੋਰ ਇੰਜੀਨੀਅਰ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਔਰ ਨਾਲ ਦੀ ਨਾਲ ਇੱਕ ਵੱਡੀ ਅਨਾਊਂਸਮੈਂਟ ਕੀਤੀ ਕਿ ਦੇਸ਼ ਨੂੰ ਬਹੁਤ ਜਲਦ ਵੰਦੇ ਮੈਟਰੋ ਟ੍ਰੇਨ ਜਿਹੜੀ ਹੈ ਉਹ ਮਿਲਣ ਜਾ ਰਹੀ ਹੈ ਜੋ ਕਿ ਲੋਕਾਂ ਦਾ ਰੋਜ਼ ਦਾ ਸਫ਼ਰ ਜੋ ਹੈ ਸੁਖਾਲਾ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ ਨਿਊਜ਼ 18 ਕਪੂਰਥਲਾ